ਇਹ ਪਿਆਰ ਦੀ ਕਹਾਣੀ ਬੜੀ ਸਦੀਆਂ ਪੁਰਾਣੀ, ਜਿਹੜਾ ਪਿਆਰ ਕਰੇ ਉਹਨੂੰ ਨਵੀਂ ਨਵੀਂ ਲੱਗਦੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫੈਮਿਲੀ ਕਲਾਕਾਰ ਗੁਰਚੇਤ ਚਿੱਤਰਕਾਰ ਤੇ ਲੈ ਕੇ ਹਾਜ਼ਰਾਂ ਪ੍ਰੋਗਰਾਮ ਸੱਚ ਦੀ ਅਦਾਲਤ। ਹੀਰ ਆਖ ਦੀ ਜੋਗੀਆ ਝੂਠ ਬੋਲੇ, ਕਿਹੜਾ ਵਿਛੜੇ ਯਾਰ ਮਿਲਾਉਂਦਾ ਏ, ਐਸਾ ਕੋਈ ਨਾ ਮਿਲਿਆ ਬੇ ਮੈਂ ਢੂੰਡ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਉਂਦਾ ਏ। ਹਾਂ, ਅੱਜ ਅਸੀਂ ਗਿਆ ਨੂੰ ਮੁੜ ਕੇ ਲਿਆ ਰਹੇ ਹਾਂ ਅਤੇ ਦੋ ਵਿਛੜਿਆਂ ਨੂੰ ਮਿਲਾ ਰਹੇ ਹਾਂ। ਮੇਰੀ ਮੁਰਾਦ ਹੀਰ ਤੇ ਰਾਂਝਾ। ਹੀਰ ਰਾਂਝਾ ਹਾਜ਼ਰ ਹੋ। ਮੇਰੇ ਨਾਂ ਦੇ ਅੱਗੇ ਵੀ ਇਸ ਬਹਾਦਰੀ ਦਾ ਨਾਮ ਲੈਣਾ। ਧੀਦੋ ਰਾਂਝਾ ਕਹਿੰਦੇ ਮੈਨੂੰ, ਮਾਲਵੇ ਦਾ ਜੱਟ ਆ ਮੈਂ, ਤਖ਼ਤ ਹਜ਼ਾਰੇ ਦਾ ਮਾਲਕ। ਤਖ਼ਤ ਜਿਹੜਾ ਕਿੱਥੇ ਗਿਆ ਭਾਈ ਸਾਹਿਬ? ਮੋਗੇ ਕੋਲੇ। ਚੁੱਪ ਕਰੋ ਚੁੱਪ ਕਰੋ, ਇਹ ਸੱਚ ਦੀ ਅਦਾਲਤ ਹੈ। ਨਾਲੇ ਤੁਸੀਂ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਰਨ ਲੱਗ ਗਏ, ਉਹ ਤੁਹਾਡਾ ਪਿਆਰ ਤਾਂ ਅੱਜ ਵੀ ਮਿਸਾਲ ਹੈ, ਮਿਸਾਲ ਮਿਸਾਲ ਹੈ। ਇਸ ਬੰਦੇ ਨੇ ਹੀਰ ਬਦਨਾਮ ਕਰਤੀ, ਕੋਈ ਵੀ ਪਿਓ ਆਪਣੀ ਕੁੜੀ ਦਾ ਨਾਮ ਹੀਰ ਨਹੀਂ ਰੱਖਦਾ। ਲੱਗਦੀ ਬਦਨਾਮ ਕਰਨ ਦੀ, ਤੇਰੇ ਪਿੱਛੇ ਸਾਰੀ ਉਮਰ ਮੈਂ ਮੱਝਾਂ ਚਾਰਦਾ ਰਿਹਾ। ਜੇ ਉਦੋਂ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਨਾ, ਅੱਜ ਕੱਲ੍ਹ ਮੈਂ ਸਕੂਟਰਾਂ ਦਾ ਚੰਗਾ ਮਿਸਤਰੀ ਹੋਣਾ ਸੀ। ਅੱਛਾ, ਮੇਰੀ ਮਿਸਤਰੀ ਸਾਹਿਬ, ਮੇਰੀ ਗੱਲ ਸੁਣੋ। ਮੇਰਾ ਮਤਲਬ ਰਾਂਝਾ ਸਾਹਿਬ, ਤੁਸੀਂ ਤਖ਼ਤ ਹਜ਼ਾਰੇ ਦੇ ਚੌਧਰੀ ਹੋ ਤੇ ਤੁਹਾਡੀਆਂ ਭਰਜਾਈਆਂ ਨੇ ਤੁਹਾਨੂੰ ਮਿਹਣਾ ਮਾਰਿਆ ਵੀ ਤੂੰ ਆ ਹੀਰ ਬਹਿ ਕੇ ਲੈਣੇਗਾ। ਭਰਜਾਈਆਂ ਨੇ ਤਾਂ ਮਿਹਣਾ ਇੱਕ ਦਿਨ ਮਾਰਿਆ ਜੀ, ਦੁਨੀਆਂ 'ਚ ਤੱਕ ਮਿਹਣੇ ਮਾਰੀ ਜਾਂਦੀ ਹੈ। ਮੇਰੀ ਗੱਲ ਸੁਣੋ ਵਕੀਲ ਸਾਹਿਬ, ਇਹਦੀ ਕਰਤੂਤ ਤੁਹਾਨੂੰ ਮੈਂ ਦੱਸਦੀ ਹਾਂ। ਇਹ ਇੱਕ ਨੰਬਰ ਦਾ ਵਿਹਲਾ ਨਿਕੰਮਾ ਤੇ ਅਵਾਰਾ ਸੀ, ਕੰਮ ਦਾ ਕੋਈ ਡੱਕਾ ਨਹੀਂ ਸੀ ਤੋੜਦਾ, ਸਾਰਾ ਦਿਨ ਖਾ ਖਾ ਕੇ ਮੰਜੇ ਤੇ ਪਿਆ ਰਹਿੰਦਾ ਸੀ। ਫਿਰ ਇਹਦੀਆਂ ਭਰਜਾਈਆਂ ਨੇ ਇਹਨੂੰ ਮਿਹਣਾ ਤਾਂ ਮਾਰਿਆ ਸੀ ਵੀ ਇਹ ਕਿਸੇ ਕੰਮ ਧੰਦੇ ਦੇ ਲੱਗ ਜੂ, ਪਰ ਇਹ ਕਿੱਥੇ! ਹੋਰ ਸੁਣੋ, ਇਹ ਘਰੋਂ ਛੱਡ ਕੇ ਨਹੀਂ ਸੀ ਆਇਆ, ਇਹਦੇ ਭਾਈਆਂ ਭਰਜਾਈਆਂ ਨੇ ਇਹਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢਿਆ ਸੀ। ਬਕਵਾਸ ਮਾਰਦੀ ਹੈ ਜੀ ਬਕਵਾਸ। ਮੈਂ ਕਹਿੰਦਾ ਵਕੀਲ ਸਾਹਿਬ, ਭਰਜਾਈਆਂ ਤਾਂ ਮੈਨੂੰ ਪਿਆਰ ਹੀ ਬਹੁਤ ਕਰਦੀਆਂ ਸੀ। ਮੈਂ ਜੀ ਜੱਟ ਬੰਦਾ ਮਾਲਵੇ ਦਾ, ਤਖ਼ਤ ਹਜ਼ਾਰੇ ਦਾ ਮਾਲਕ ਸੀ, 500 ਕਿੱਲਾ ਜ਼ਮੀਨ ਦਾ ਆਉਂਦਾ ਸੀ, 500 ਕਿੱਲਾ ਜ਼ਮੀਨ ਦਾ ਆਉਂਦਾ ਸੀ, 5 ਕਿੱਲੇ ਮੱਝਾਂ ਬੰਨਣ ਨੂੰ ਨਹੀਂ ਹੈਗੇ, ਅਖੇ 500 ਕਿੱਲਾ ਆਉਂਦਾ ਸੀ। ਗੱਪ ਕਿੱਦਾਂ ਮਾਰਦਾ ਗਪੌੜੀ, ਇਹਦੀਆਂ ਇੰਨਾ ਗੱਪਾਂ 'ਚ ਮੈਂ ਆ ਗਈ ਵਕੀਲ ਸਾਹਿਬ। ਇਹਦੇ ਭਰਾ ਸ਼ਹਿਰ 'ਚ ਲਵੇਰ ਦਾ ਕੰਮ ਕਰਦੇ ਸੀ। ਅਨਪੜੇ, ਲਵੇਰ ਨਹੀਂ ਹੁੰਦਾ, ਲੇਬਰ ਹੁੰਦਾ ਹੈ। ਓਏ ਓਏ ਓਏ, ਜਿਹਨੂੰ ਮੈਂ ਸਵਾਲ ਪੁੱਛੂਗਾ ਉਹੀ ਜਵਾਬ ਦੇਵੋ। ਅੱਛਾ, ਤੁਹਾਡੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ? ਮੈਂ ਦੱਸਦੀ ਹਾਂ ਵਕੀਲ ਸਾਹਿਬ, ਮੇਰੀ ਪਾਪਾ ਦਾ ਨਾ ਅੰਬਾਂ ਦਾ ਗਾਰਡਨ ਸੀ ਤੇ ਉੱਥੇ ਅੰਬ ਖਾਣ ਆਇਆ, ਅੰਬੇ ਨੇ ਜ਼ਿਆਦਾ ਖਾ ਲਏ ਤੇ ਸੁਸਤੀ ਦਾ ਮਾਰਾ ਮੇਰੀ ਬੈੱਡ ਤੇ ਪੈ ਗਿਆ, ਫਿਰ ਮੈਂ ਤੇ ਮੇਰੀਆਂ ਸਹੇਲੀਆਂ ਨੇ ਰਲ ਕੇ ਇਹਦੀ ਛਿੱਤਰ ਪਰੇਡ ਕੀਤੀ ਤੇ ਫਿਰ ਇਹਨੂੰ ਜੰਗਲ 'ਚ ਸੁੱਟਤਾ। ਐਂ ਗੱਪ ਮਾਰਦੀ ਹੈ ਵਕੀਲ ਸਾਹਿਬ, ਉਰੇ ਆਓ, ਤੁਹਾਨੂੰ ਮੈਂ ਦੱਸਦਾ, ਜਿਹਨੂੰ ਇਹ ਗਾਰਡਨ ਕਹਿੰਦੀ ਹੈ ਨਾ, ਗਾਰਡਨ ਗੂਰਡਨ ਕੋਈ ਨਹੀਂ ਸੀਗਾ, ਇਹਨਾਂ ਦੇ ਖੂਹ ਦੇ ਕੋਲੇ 2 ਨਿੰਬੂਆਂ ਦੇ ਦਰਖਤ ਤੇ 1 ਜਾਮਣ ਦਾ ਦਰਖਤ ਲੱਗਿਆ ਹੋਇਆ, ਤੇ ਜਿਹਨੂੰ ਇਹ ਪਲੰਘ ਕਹਿੰਦੀ ਆ ਉਹ ਸੜਿਆ ਜਾ ਵਾਣ ਦਾ ਮੰਜਾ ਸੀ। ਓਏ, ਤੁਹਾਡੀ ਮੁਲਾਕਾਤ ਕਿੱਥੇ ਹੋਈ? ਮੈਂ ਤੁਹਾਨੂੰ ਇਹ ਕਹਿ ਰਿਹਾ, ਮੁਲਾਕਾਤ ਕਿੱਥੇ ਹੋਈ ਤੁਹਾਡੀ? ਜਨਾਬ, ਇਹ ਅੰਬ ਤੋੜਨ ਆਈ ਸੀ ਜੀ। ਤੂੰ ਕੀ ਉੱਥੇ ਅੰਬ ਲੈਣ ਗਿਆ ਸੀ? ਹਾਂਜੀ, ਮੈਂ ਉੱਥੇ ਅੰਬ ਲੈਣ ਗਿਆ ਸੀ ਚੋਰੀਓਂ, ਪਰ ਜੀ ਜਦੋਂ ਮੈਨੂੰ ਇਹਨਾਂ ਨੇ ਦੇਖਿਆ ਇਹ ਭੱਜ ਪਈਆਂ, ਇਹ ਤਾਂ ਭੱਜ ਪਈਆਂ ਜੀ, ਮਾਲੀ ਨੇ ਮੈਨੂੰ ਢਾਲਿਆ।
ਬਾਅਦ ਚ ਛੱਡਤਾ ਸੀ ਉਹਨੇ ਮੈਨੂੰ। ਝੂਠ ਬੋਲਦਾ ਏ ਜੀ, ਮਾਲੀ ਨੇ ਕਿੱਲੇ ਨਾਲ ਬੰਨ ਕੇ ਕੁੱਟਿਆ। ਆ ਵੇਖੋ ਅਜੇ ਵੀ ਨੀਲ ਪਏ ਹੋਣੇ ਇਹਦੇ। ਆਪਦਾ ਵੀ ਦੱਸ ਨਾ, ਚਪੇੜਾਂ ਤਾਂ ਤੇਰੇ ਵੀ ਪਈਆਂ ਸੀ ਫਿਰ। ਓਏ ਤੁਹਾਡੀ ਦੂਜੀ ਮੁਲਾਕਾਤ ਕਿੱਥੇ ਹੋਈ ਸੀ ਮਾਮਾ ਜੀ? ਇਹ ਸਾਡੇ ਖੇਤ 'ਚ ਖਰਬੂਜੇ ਤੋੜਨ ਆਇਆ ਸੀ। ਕਿਉਂਕਿ ਜਿਹੜਾ ਗੱਪ ਮਾਰਦੀ ਹੈ ਜੀ, ਉਹ ਤਾਂ ਮੋਠੇ ਕਾ ਖੇਤ ਸੀਗਾ, ਨਾਲੇ ਖਰਬੂਜੇ ਤੋੜਨ ਤੂੰ ਆਈ ਸੀ ਉੱਥੇ। ਅੱਛਾ, ਇਤਫਾਕ ਨਾਲ ਤੁਹਾਡੀ ਮੁਲਾਕਾਤ ਚੋਰੀ ਦੇ ਵਜੋਂ ਹੁੰਦੀ ਰਹੀ। ਉਧਰੋਂ ਤੂੰ ਚੋਰੀ ਕਰ ਆਉਂਦੀ ਸੀ, ਉਧਰੋਂ ਤੂੰ ਚੋਰੀ ਕਰ ਆਉਂਦੀ। ਅੱਛਾ, ਫਿਰ ਮੈਨੂੰ ਇਹ ਦੱਸੋ ਤੁਹਾਡੀ ਦੋਸਤੀ ਕਿਵੇਂ ਪਈ ਜੀ? ਇਹ ਮੈਨੂੰ ਕਹਿੰਦਾ ਵੀ ਮੈਨੂੰ ਦਿਹਾੜੀ ਤੇ ਲਵਾ ਦੇ, ਤੇ ਮੈਂ ਇਹਨੂੰ ਕਿਹਾ ਵੀ ਸਾਨੂੰ ਡੰਗਰ ਚਾਰਨ ਲਈ ਕਿਸੇ ਡੰਗਰ, ਮੇਰਾ ਮਤਲਬ ਕਿਸੇ ਬੰਦੇ ਦੀ ਲੋੜ ਹੈ। ਹਾਂਜੀ, ਤੇ ਫਿਰ ਮੈਨੂੰ ਆਪਦੇ ਬਾਪੂ ਕੋਲੇ ਲੈ ਗਈ। ਮੈਂ ਕਿਹਾ ਜੀ ਠੀਕ ਹੈ, ਮੈਂ ਕਿਹਾ 500 ਰੁਪਏ ਤੋਂ ਘੱਟ ਮੈਂ ਵੀ ਨਹੀਂ ਲੈਣਾ, ਜੱਟਾਂ ਮੈਂ ਵੀ ਮਾਲਵੇ ਦਾ। 500 ਰੁਪਇਆ ਯਾਰ, 500 ਵੀ ਤਾਂ ਉਸ ਟਾਈਮ ਬਹੁਤ ਹੁੰਦਾ ਸੀ, 55 'ਚ ਗੱਲ ਮੌਕੀ ਸੀ। ਮੈਨੂੰ ਲੱਗਿਆ ਵੀ ਬੜੇ ਚਲਾਕ ਬੰਦੇ ਆ, ਮੈਂ ਲਿਜਾ ਕੇ ਲਿਖ ਲਿਖਾ ਕਰਾ ਲਿਆ ਜੀ ਲਾਲੇ ਕੋਲੇ। ਅੱਛਾ, ਮੈਂ ਸ਼ਰਤਾਂ ਰੱਖਤੀਆਂ, ਮੈਂ ਕਿਹਾ ਰੋਟੀ ਤੁਹਾਡੇ ਸਿਰ, ਕੱਪੜੇ ਤੁਹਾਡੇ ਸਿਰ, ਜੁੱਤੀਆਂ ਤੁਹਾਡੇ ਸਿਰ। ਮਤਲਬ ਕਿ ਜੁੱਤੀਆਂ ਵੀ ਤੁਹਾਨੂੰ ਦੇਣੀਆਂ ਪੈਣਗੀਆਂ। 55 'ਚ ਗੱਲ ਮੌਕੀ। ਫਿਰ ਤਨਖਾਹ ਮਿਲੀ? ਮਿਲੀ, ਗਧੇ ਦੀ ਪੂੰਛ ਉਸ ਨਹੀਂ ਦਿੱਤਾ ਜੀ। ਮੈਂ ਕਿਹਾ ਜਦੋਂ ਇਹਨਾਂ ਨੂੰ ਕਿਆ ਕਰਾਂ, ਮੈਨੂੰ ਤਨਖਾਹ ਦਿਓ, ਕਿਆ ਕਰਨ, ਸਾਡਾ ਹੱਥ ਟੈਟ ਹੈ, ਟੈਟ ਕਹਦਾ ਹੱਥ ਸੀਗਾ ਜੀ, ਇਹਦਾ ਬਾਪੂ ਸਾਰਾ ਦਿਨ ਦਾਰੂ ਪੀ ਕੇ ਆਪ ਟੈਟ ਰਹਿੰਦਾ ਸੀ। ਉਹ ਫਿਰ ਤੈਨੂੰ ਤਨਖਾਹ ਤਾਂ ਮਿਲ ਗਈ ਹੋਣੀ? ਕੁਛ ਨਹੀਂ ਮਿਲਿਆ ਜੀ, 6 ਮਹੀਨੇ ਅੱਜ ਦਿੰਦੇ ਹਾਂ ਕੱਲ੍ਹ ਦਿੰਦੇ ਹਾਂ, ਅੱਜ ਦਿੰਦੇ ਹਾਂ ਕੱਲ੍ਹ ਦਿੰਦੇ ਹਾਂ। ਇਹ ਬੜੀ ਚਲਾਕ ਸੀ ਜੀ, ਇਹਨੂੰ ਲੱਗਿਆ ਵੀ ਮੈਂ ਕਿਤੇ ਨੌਕਰੀ ਛੱਡ ਕੇ ਨਾ ਭਾਜਾਂ, ਮੇਰੇ ਲਈ ਚੂਰੀ ਕੁੱਟ ਕੇ ਲੈ ਕੇ ਆਉਣ ਲੱਗ ਗਈ। ਲੂਣ ਖਾ ਕੇ ਹਰਾਮ ਨਾ ਕਰ, ਨਮਕ ਹਰਾਮੀਆਂ। ਚੂਰੀ ਵਿੱਚ ਖੰਡ ਪੈਂਦੀ ਹੁੰਦੀ ਆ, ਨਮਕ ਨਹੀਂ ਪੈਂਦਾ ਹੁੰਦਾ ਜੀ? ਇਹ ਨਮਕ ਵੱਧ ਖਾਂਦਾ ਸੀ, 2 ਬੋਰੀਆਂ ਤੇ ਲੂਣ ਦੀਆਂ ਖਾ ਗਿਆ ਹੋਣਾ, ਜਿਵੇਂ ਅਕਬਰ ਬਾਦਸ਼ਾਹ ਦਾ ਪੋਤਾ ਹੋਵੇ ਜੀ। ਕਦੇ ਮਟਰ ਪਨੀਰ ਲਿਆ ਦਿਓ, ਕਦੇ ਮਲਾਈ ਕੋਫਤਾ ਲਿਆ ਦਿਓ, ਆ ਮੂੰਹ ਤੇ ਮਸਲਾਂ ਦੀ ਦਾਲ। ਓਏ, ਕੰਮ ਵੀ ਤਾਂ ਕਰਦਾ ਸੀ, ਸਾਰਾ ਦਿਨ ਤਾਂ ਖੇਤ 'ਚ ਵਾੜੀ ਰੱਖਦੇ ਸੀਗੇ, ਨਾਲੇ ਡੰਗਰ ਵਛਾ ਚਾਰਦਾ ਸੀ। ਨਿਕਲ ਮੂਹੀਏ, ਤੇਰੇ ਪਿੱਛੇ ਤਾਂ ਮੈਂ ਭਾਂਡੇ ਵੀ ਮਾਂਜਿਆ। ਸਾਡੇ ਭਾਂਡੇ ਤੂੰ ਮਾਂਜਦਾ ਹੁੰਦਾ ਸੀ, ਤਾਂ ਮੈਂ ਆਖਾਂ ਵੀ ਸਾਡੀਆਂ 7 ਪਲੇਟਾਂ ਤੇ 2 ਕੌਲੀਆਂ ਕਿੱਥੇ ਗਈਆਂ? ਆ ਤੁਹਾਡੀਆਂ 7 ਪਲੇਟਾਂ ਤੇ 2 ਕੌਲੀਆਂ ਤੇ ਮੈਂ ਘਰੇ ਲੈ ਕੇ ਗਿਆ ਨਾ, ਭੋਲਾ ਟੈਂਟ ਵਾਲਾ ਪਛਾਣ ਕੇ ਲੈ ਗਿਆ, ਕਹਿੰਦੇ ਤਾਂ ਸਾਡੀਆਂ ਐਡੇ ਵੱਡੇ ਚੋਰ ਆ ਜੀ ਇਹ। ਨਾ ਕੀ ਗੱਲ, ਤੁਸੀਂ ਉਹ ਫ੍ਰੀ 'ਚ ਕੰਮ ਕਰਾਉਂਦੇ ਸੀ, ਤਨਖਾਹ ਦਿੰਦੇ ਨਹੀਂ ਸੀਗੇ। ਨਾ ਗੱਲ ਸੁਣੋ ਝੁੰਡੂਆ, ਤਾਂ ਲੇਬਰ ਕੋਰਟ 'ਚ ਕੇਸ ਕਿਉਂ ਨਹੀਂ ਕਰਿਆ? ਮੇਰੀ ਗੱਲ ਸੁਣੋ ਜੀ, ਤਨਖਾਹ ਤੋਂ ਬਾਅਦ ਤੇ ਖਾ ਜਾਂਦਾ ਸੀ, 200 ਦੀ ਭੁੱਕੀ, 100 ਦਾ ਜਰਦਾ ਤੇ ਬੀੜੀਆਂ, ਦਾਰੂ ਲਹਿਦਾ ਰਹਿ ਗਈ, 500 'ਚ ਪੈਂਦਾ ਸੀ ਇਹਨੂੰ ਖਰਚੇ ਦਾ ਘਰ, ਕੰਮ ਦਾ ਨਾ ਕਾਰ ਦਾ ਤੇ ਦੁਸ਼ਮਣ ਅਨਾਜ ਦਾ। ਤੇਰਾ ਚਾਚਾ ਕਿੱਦੋਂ ਖਾਂਦਾ ਸੀ ਸਾਰਾ ਕੁਛ, ਮੇਰਾ ਤਾਂ ਉਹੀ ਨਾਲ ਲੱਗਦਾ ਸੀ ਜਨਾਬ, ਮੈਂ ਤਾਂ ਕੱਲੀ ਦਾਰੂ ਦੂਰੂ ਪੀਂਦਾ ਸੀ, ਉਹ ਵੀ ਘਰ ਦੀ ਕੱਢੀ ਵੀ। ਦਾਰੂ ਦਾ ਗੁੜ ਲਾਲੇ ਦੀ ਹੱਟ ਤੋਂ ਆਉਂਦਾ ਸੀ, ਤੇ ਜਿਹਦਾ ਖਰਚਾ ਅਸੀਂ ਦਿੰਦੇ ਸੀ, ਆ ਬੀੜੀਆਂ ਜਰਦਾ ਸਾਰਾ ਕੁਛ ਲਾਲੇ ਦੀ ਹੱਟ ਤੋਂ ਆਉਂਦਾ ਸੀ। ਅੱਛਾ, ਆਉਂਦਾ ਸੀ ਲਾਲੇ ਦੀ ਹੱਟ ਤੋਂ, ਮੇਰਾ ਯਾਰ ਫੱਤੂ, ਅਸੀਂ ਦੋਨੇ ਨੇ ਖੇਤ 'ਚ ਕੰਮ ਕਰਦੇ ਹੁੰਦੇ ਸੀ, ਉੱਥੇ ਕੱਢਦੇ ਸੀ ਦਾਰੂ। ਕੁੱਲ ਮਿਲਾ ਕੇ ਪੈਂਟ ਨੋਟ ਕੀਤਾ ਜਾਵੇ, ਰਾਂਝਾ ਪੂਰਾ ਅਮਲੀ। ਨਾ ਨਾ ਜਨਾਬ, ਮੈਂ ਕਿੱਥੇ ਅਮਲੀ ਸੀ, ਮੈਂ ਤਾਂ ਇਕੱਲਾ ਬੀੜਾ ਬੂੜਾ ਲਾ ਲੈਂਦਾ ਸੀ ਜੀ ਸ਼ੌਂਕ ਨੂੰ, ਕਦੇ ਕਦੇ ਬੀੜੀ ਬੂੜੀ। ਨਾ ਜੀ, ਆਪਦੀ ਸੀ ਇਹ, ਲੋਕਾਂ ਦੀਆਂ ਬੀੜੀਆਂ ਲੱਭ ਲੱਭ ਕੇ ਪੀਂਦਾ ਸੀ, ਲੋਕ ਤਾਂ ਇਹਨੂੰ ਰਾਂਝਾ ਅਮਲੀ ਕਹਿੰਦੇ ਸੀ, ਗਵਈਏ ਗੀਤ ਬਣਾਉਣ ਲੱਗ ਪਏ ਸੀ। ਹਾਂ, ਰਾਂਝਾ ਅਮਲੀ ਹੋ ਗਿਆ, 2-2 ਸਿਗਟਾ ਲਾਈਆਂ, ਦੁਰ ਫਿੱਟੇ ਮੂੰਹ ਤੇਰੇ ਜੰਮਣ ਦੇ ਆਖਣ ਪਰ ਜਾਈਆਂ। ਹਾਂਜੀ ਹਾਂਜੀ, ਆਹੋ ਆਹੋ। ਅੱਛਾ, ਤੇ ਮੇਰਾ ਨਾਂ ਤਾਂ ਕੱਲਾ ਇੱਕ ਸੀ, ਤੇਰੇ ਕਿੰਨੇ ਨਾਂ ਸੀ, ਫੁਕਰੀ, ਪਾਡੀ, ਹੈ ਬਾਂਦਰੀ, ਬੌਣੀ, ਗਿੱਠੀ, ਕਿੰਨੇ ਨਾਂ ਸੀ ਤੇਰੇ? ਚੱਲ ਗੁਰਜਾ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਬਈ, ਇਤਿਹਾਸਕਾਰਾਂ ਨੇ ਤੁਹਾਡੇ ਪਿਆਰ ਨੂੰ ਅਮਰ ਦੱਸਿਆ, ਪਰ ਤੁਸੀਂ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਰਦੇ ਹੋ ਜੀ? ਹੀਰ ਇਤਿਹਾਸਕਾਰਾਂ ਦੇ ਘਰ ਨਹੀਂ ਸੀ ਨਾ ਜੰਮੀ, ਆ ਇਤਿਹਾਸਕਾਰ ਤੇ ਆਪਣਾ ਨਾਮ ਬਣਾਉਣ ਨੂੰ ਕੁਛ ਵੀ ਮਸਾਲਾ ਲਾ ਕੇ ਛਾਪ ਦਿੰਦੇ ਨੇ, ਆ ਅੱਜ ਕੱਲ੍ਹ ਹਜ਼ਾਰਾਂ ਘਰੋਂ ਭੱਜਦੀਆਂ ਨੇ, ਮੂੰਹ ਕਾਲਾ ਕਰਾਉਂਦੀਆਂ ਨੇ, ਉਹਨਾਂ ਬਾਰੇ ਕਿਉਂ ਨਹੀਂ ਲਿਖਦੇ? ਬਸ ਆ ਇੱਕ ਹੀਰ ਹੀ ਮਿਲੀ ਸੀ ਇਹਨਾਂ ਕੰਜਰ ਇਤਿਹਾਸਕਾਰਾਂ ਨੂੰ। ਚਲੋ, ਇਹ ਤਾਂ ਗੱਲ ਸਹੀ ਹੈ ਵੀ ਜਿਹੜੀ ਹੀਰ ਇਤਿਹਾਸਕਾਰਾਂ ਦੇ ਘਰ ਨਹੀਂ ਜੰਮੀ, ਤਾਂ ਹੀ ਉਹਨਾਂ ਨੇ ਇੰਨਾ ਕੁਛ ਤੁਹਾਡੇ ਬਾਰੇ ਲਿਖਿਆ।
ਮੈਨੂੰ ਇਹ ਦੱਸੋ ਤੁਸੀਂ ਵੇਲਿਆਂ ਦੇ ਵਿੱਚ ਇਸ ਲੰਗੂਰ ਵਾਸਤੇ ਦੇਸੀ ਘਿਓ ਦੀ ਚੂਰੀ ਕੁੱਟ ਕੇ ਲੈ ਕੇ ਜਾਂਦੇ ਸੀ? ਬੂਥੀ ਵੇਖੀ ਹੈ ਜੀ, ਚੂਰੀ ਵਾਲਾ ਮੂੰਹ ਹੈ ਇਹਦਾ। ਮੈਂ ਨਹੀਂ ਕਦੀ ਇਹਦੇ ਲਈ ਚੂਰੀ ਚਾਰੀ ਖੜੀ। ਵੇਖੋ ਜੀ, ਘਰ ਦਾ ਸਾਰਾ ਕੰਮ ਮੈਂ ਕਰਦੀ ਸੀ। ਮੇਰੇ ਮਾਂ ਪਿਓ ਨੇ ਮੈਨੂੰ ਮੁੰਡਿਆਂ ਵਾਂਗੂ ਪਾਲਿਆ ਸੀ। ਘਰ ਦੇ ਸਾਰੇ ਜੀਆਂ ਵਾਸਤੇ ਮੈਂ ਚੂਰੀ ਕੁੱਟਦੀ ਸੀ। ਇਹਦੇ ਵਾਸਤੇ ਸਪੈਸ਼ਲ ਥੋੜੀ ਚੂਰੀ ਕੁੱਟਦੀ ਸੀ। ਜਿੱਥੇ ਘਰ ਦੇ ਜੀਆਂ ਵਾਸਤੇ ਚੂਰੀ ਕੁੱਟੀ, ਉੱਥੇ ਦੋ ਪਿੰਨੀਆਂ ਇਹਦੇ ਲਈ ਵੀ ਕੁੱਟ ਲਈਦੀਆਂ ਸੀ। ਵੇਖੋ ਜੀ, ਅਸੀਂ ਘਰ ਦੇ ਨੌਕਰਾਂ ਨੂੰ ਘਰ ਦੇ ਜੀਆਂ ਵਾਂਗ ਰੱਖਦੇ ਸੀ। ਰੱਖਦੇ ਸੀ ਘਰ ਦੇ ਜੀਆਂ ਵਾਂਗੂ, ਰਾਤ ਦੇ ਬੇਹੇ ਆਟੇ ਦੀ ਰੋਟੀ ਕਮਾਉਂਦੇ ਸੀ ਜੀ, ਮੈਨੂੰ ਦੁੱਧ ਵੀ ਦਿੰਦੇ ਸੀ, ਉਹ ਵੀ ਪਾਣੀ ਪਾ ਕੇ। ਮੈਨੂੰ ਕਹਿੰਦੇ ਆਹ ਲੈ ਲਾ ਦੇਸੀ ਘਿਓ ਦੀ ਚੂਰੀ, ਡਾਲਡੇ ਦੀ ਚੂਰੀ ਮੇਰੀ ਮੱਥੇ ਮਾਰਨੀ। ਮੈਂ ਕਿਹਾ ਜਨਾਬ ਮੈਨੂੰ ਖੰਘ ਹੋ ਗਈ, ਹਜੇ ਤੱਕ ਮੇਰੇ ਕਾਲਜ 'ਚ ਰੇਸ਼ਾ ਪਿਆ ਪਿਆ। ਤੁਹਾਡੇ ਕੋਲ 50 ਰੁਪਏ ਹੈਗੇ ਆ? ਕਿਉਂ? ਟੀਵੀ ਦਾ ਚੈੱਕਅਪ ਕਰਾਉਣਾ ਹੈ, ਸ਼ਰਾਬ ਟੀਵੀ ਨਾ ਹੋ ਗਿਆ ਹੋਵੇ। ਜਾ ਚੈੱਕ ਕਰਾ ਜਾ ਕੇ, ਸ਼ਕਲ ਤਾਂ ਵੀ ਲੱਗਦਾ ਮਰੀਜ਼ ਹੈ। ਅੱਛਾ ਮੇਰੀ ਗੱਲ ਸੁਣੋ ਭੈਣ ਜੀ, ਵੀ ਤੁਹਾਡੇ ਘਰੇ ਇੰਨਾ ਦੁੱਧ ਹੁੰਦਾ ਸੀ, ਫਿਰ ਵੀ ਤੁਸੀਂ ਡਾਲ ਦੇ ਕੇ ਉਹਦੀ ਚੂਰੀ ਕਿਉਂ ਕੁੱਟਦੇ? ਜਨਾਬ ਦੁੱਧ ਦੇਦਾ ਬਾਪੂ ਜਾ ਕੇ ਸਾਰਾ ਡੇਰੀ ਪਾਇਆ ਹੁੰਦਾ ਸੀ ਸ਼ਹਿਰ 'ਚ, ਉਹ ਵੀ ਪਾਣੀ ਪਾ ਕੇ। ਵੱਡੇ ਚੌਧਰੀ ਕੱਖ ਨਹੀਂ ਸੀ ਜੀ ਇਹਨਾਂ ਕੋਲੇ, ਕੈਦੋ 20 ਵਾਰੀ ਕੁੱਟਿਆ ਪਿੰਡ ਵਾਲਿਆਂ ਨੇ ਜੀ। ਲੋਕਾਂ ਨੂੰ ਕਹਿੰਦਾ ਫਿਰਦਾ ਆਖਿਆ ਹੀਰ ਨਾਲ ਮੇਰੀ ਗੱਲਬਾਤ ਹੈ, ਡੰਗਰਾਂ 'ਚ ਰਹਿ ਰਹਿ ਕੇ ਤੇਰਾ ਦਿਮਾਗ ਵੀ ਡੰਗਰ ਹੋ ਗਿਆ ਆ, ਤੇਰੇ ਨਾਲ ਗੱਲਬਾਤ ਕਰੂੰਗੀ ਮੈਂ। ਤੇ ਮੇਰਾ ਦਿਮਾਗ ਖਰਾਬ ਸੀ ਜਦੋਂ ਤੇਰੇ ਨਾਲ ਗੱਲਬਾਤ ਕਰੂੰਗਾ? ਬੋਲਣ ਦੀ ਤੈਨੂੰ ਇਕੱਲੀ ਸ਼ਕਲ ਨਹੀਂ ਦੇਖੀ ਤੂੰ ਕਦੇ? ਹੈ ਆਪਣੀ ਵੇਖੀ ਸ਼ਕਲ? ਮੂੰਹ ਤੇਰਾ ਆਏ ਹੈ ਜਿਵੇਂ ਬੱਸ ਦਾ ਡੱਬਾਇਆ ਹੁੰਦਾ। ਚੱਲ ਚੱਲ ਆਪਣਾ ਮੂੰਹ ਵੇਖ ਜਾ ਕੇ ਲੰਗੂਰ ਜਿਆ। ਆ ਜਾ ਤੁਰੀ ਫਿਰ, ਤੈਨੂੰ ਦੱਸਾਂ ਮੈਂ ਹੋਰ ਨਾ ਕੋ ਕਹਦੀ, ਤੂੰ ਇੱਥੇ ਆ, ਤੂੰ ਇੱਥੇ ਆ, ਵਕੀਲ ਸਾਹਿਬ ਨੂੰ ਬਾਹਰ ਆ, ਮੈਂ ਕਿਹਾ ਤੂੰ ਮੈਨੂੰ ਇੱਥੇ ਆਉਣ ਦੇ। ਮਤਰ ਚੁੱਪ। ਦਰਸ਼ਕੋ ਲੈਣਾ ਛੋਟਾ ਜਿਹਾ ਬ੍ਰੇਕ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੱਚ ਦੀ ਅਦਾਲਤ, ਤੇ ਅੱਜ ਦੇ ਦੋ ਮੁਜਰਮ ਨੇ ਹੀਰ ਤੇ ਰਾਂਝਾ। ਅੱਛਾ ਜੀ ਰਾਂਝਾ ਜੀ, ਮੈਨੂੰ ਇਹ ਦੱਸੋ ਵੀ ਉਸ ਟਾਈਮ ਲੋਕ ਦੱਸਦੇ ਨੇ ਵੀ ਜਿਹੜਾ ਰਾਂਝਾ ਸੀ ਬੜਾ ਹੀ ਖੂਬਸੂਰਤ ਸੀ, ਜਵਾਨ ਸੀ। ਥੈਂਕ ਯੂ। ਜਿਹੜੀ ਹੀਰ ਸੀ ਬੜੀ ਜਵਾਨ ਸੀ, ਬੜੀ ਖੂਬਸੂਰਤ ਸੀ, ਹਸੀਨ ਸੀ। ਥੈਂਕ ਯੂ। ਪਰ ਤੁਸੀਂ ਦੋਵੇਂ ਮੈਨੂੰ ਬਿਲਕੁਲ ਨਹੀਂ ਲੱਗਦੇ ਜੀ। ਮੈਂ ਤੁਹਾਨੂੰ ਦੱਸਦੀ ਆ, ਉਸ ਟਾਈਮ ਤੇ ਬਿਊਟੀ ਪਾਰਲਰ ਨਹੀਂ ਸੀ ਨਾ ਹੁੰਦੇ ਜੀ। ਬਗੈਰ ਤੇ ਬਿਊਟੀ ਪਾਰਲਰ ਨਹੀਂ ਹੁੰਦੇ, ਬਿਊਟੀ ਪਾਰਲਰ ਹੁੰਦੇ ਆ। ਉਹ ਜੋ ਵੀ ਹੁੰਦਾ ਨਹੀਂ ਹੁੰਦੇ ਸੀ ਨਾ ਜੀ, ਉਸ ਟਾਈਮ ਬਸ ਕੁਦਰਤੀ ਖੂਬਸੂਰਤੀ ਹੁੰਦੀ ਸੀ। ਅੱਛਾ ਰਾਂਝਾ ਜੀ, ਮੈਨੂੰ ਐਂ ਦੱਸੋ ਵੀ ਜਿਹੜੀ ਇਹ ਵੰਜਲੀ ਹੈ ਇਹ ਵੱਜਦੀ ਵੀ ਹੈ? ਬਿਲਕੁਲ ਵੱਜਦੀ ਹੈ ਜੀ। ਵਜਾ ਕੇ ਦਿਖਾਓ। ਵੱਜੀ? ਹਾਂ ਐਂ ਵੱਜਦੀ। ਓਏ ਇਹ ਅਦਾਤ ਦੀ ਤੌਹੀਨ ਹੈ, ਸਮਝ ਗਿਆ? ਅੱਛਾ ਦੂਜੂ ਪੁੱਛਦੇ ਹੋ? ਹਾਂ ਇੱਦਾਂ ਜੀ, ਬਹੁਤ ਵਧੀਆ ਵੱਜਦੀ ਹੈ। ਜਦੋਂ ਮੈਂ ਵੰਜਲੀ ਵਜਾਉਂਦਾ ਹੁੰਦਾ ਸੀ ਨਾ ਜੀ, ਮੱਝਾਂ ਮਸਤ ਹੋ ਜਾਂਦੀਆਂ ਸੀ ਜੀ, ਮਸਤ। ਵਾਹ, ਵੰਜਲੀ ਵਜਾਉਣੀ ਆਉਂਦੀ ਹੈ ਇਹਨੂੰ ਨਾ? ਜੇ ਇਹਨੂੰ ਵੰਜਲੀ ਵਜਾਉਣੀ ਆਉਂਦੀ ਹੁੰਦੀ ਤੇ 뮤직 ਟਰੈਕਟਰ ਨਾ ਬਣ ਜਾਂਦਾ। ਆਹ ਪੜੇ, ਟਰੈਕਟਰ ਨਹੀਂ ਡਾਇਰੈਕਟਰ ਹੁੰਦਾ। ਉਹ ਜੋ ਵੀ ਹੁੰਦਾ ਬਣਤੇ ਜਾਂਦਾ ਨਾ। ਆ ਮੇਰੀ ਗੱਲ ਸੁਣੋ ਭਾਜੀ, ਉਹ ਤੇ ਤੁਸੀਂ ਸੁਣਿਆ ਹੀ ਹੋਣਾ, ਆਖੇ ਮੈਂ ਇਸ ਮੂਰੇ ਬੀਨ ਵਜਾਉਣ ਦਾ ਕੀ ਫਾਇਦਾ? ਆ ਤੇ ਆ ਵੰਜਲੀ ਨਾਲ ਮੱਝਾਂ ਮੋੜਦਾ ਹੁੰਦਾ ਸੀ। ਅੱਛਾ ਤੇ ਪਰ ਤੂੰ ਆਪ ਗਾਉਣ ਕਦੋਂ ਗਾਉਂਦੀ ਹੁੰਦੀ ਸੀ? ਆਖੇ ਤੇਰੀ ਵੰਜਲੀ ਦੀ ਸੁਣ ਕੇ ਤਾਣ ਵੇ, ਮੈਂ ਹੋ ਗਈ ਆ ਕੁਰਬਾਨ ਵੇ। ਤੇ ਆ ਤੇ ਮੈਂ ਮਾਨ ਰੱਖਣ ਨੂੰ ਗਾਉਂਦੀ ਸੀ, ਆ ਤੇਰੇ ਨਾਲ ਸੋਹਣੀ ਵੰਜਲੀ ਤੇ ਮਸੀਤ ਮੂਰੇ ਬੈਠਾ ਸੇਮਾ ਚਾਚਾ ਵਜਾ ਲੈਂਦਾ। ਚੱਪ ਅੱਖਾਂ ਨੂੰ ਨਹੀਂ ਦੱਸੋ ਭੈਣ ਜੀ, ਤੁਸੀਂ ਰਾਂਝੇ ਨੂੰ ਪਿਆਰ ਕਰਦੇ ਹੋ? ਇਹਨੂੰ ਪਿਆਰ, ਇਹਨੂੰ ਪਿਆਰ ਕਰਦੀ ਮੇਰੀ ਜੁੱਤੀ, ਅਮਲੀ, ਗਰੀਬ, ਇੱਕ ਰਜਾਈ ਤੇ ਨੌ ਜਾਣੇ। ਅੱਛਾ ਵੀਰ ਜੀ, ਤੇ ਤੁਸੀਂ ਭੈਣ ਜੀ ਨੂੰ ਪਿਆਰ ਕਰਦੇ ਹੋ? ਬਾਈ ਪਹਿਲਾਂ ਮੇਰੀ ਗੱਲ ਸੁਣ ਲਾ, ਪਹਿਲਾਂ ਰਿਸ਼ਤੇ ਠੀਕ ਕਰ ਲਾ, ਜੇ ਉਹਨੂੰ ਭੈਣ ਜੀ ਕਹਿਣਾ ਤਾਂ ਫਿਰ ਮੈਨੂੰ ਜੀਜਾ ਕਹਿ। ਛੱਡਾ, ਮੈਨੂੰ ਇਹ ਦੱਸ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਹੋ? ਇਹਨੂੰ ਪਿਆਰ ਮੈਂ? ਉਹ ਬੋਲਣ ਦੀ ਤਮੀਜ਼ ਨਹੀਂ ਇਹਨੂੰ, ਫੁਕਰੀਏ ਇਸੇ ਫੁਕਰਪੁਣੇ ਨੇ ਬਦਨਾਮ ਕਰਾਇਆ ਤੈਨੂੰ, ਨਾਲੇ ਕਰਾਇਆ ਮੈਨੂੰ। ਲੋਕ ਕਹਿੰਦੇ ਮੈਂ ਇਹਦੇ ਪਿੱਛੇ ਮੱਝਾਂ ਚਾਰਦਾ ਹੁੰਦਾ ਸੀ, ਹੀਰ ਪਿੱਛੇ, ਹੀਰ ਪਿੱਛੇ। ਤੇਰੀ ਵਜ੍ਹਾ ਨਾਲ ਮੈਂ ਬਦਨਾਮ ਹੋਈ ਆ। ਲੋਕ ਕਹਿੰਦੇ ਆ ਹੀਰ ਰਾਂਝੇ ਦੀ ਖਾਤਰ ਆਪਣੇ ਮਾਪੇ ਚਾਰਦੀ ਰਹੀ, ਨਾ ਮੈਂ ਆ ਲੰਗੂਰ ਬੁੱਥੀ ਪਿੱਛੇ ਆਪਣੇ ਮਾਪੇ ਚਾਰੂੰਗੀ। ਅੱਛਾ ਤੇ ਮੈਂ ਇਹਦੇ ਫੁਕਰੀ ਪਿੱਛੇ ਹੁਣ ਮੱਝਾਂ ਚਾਰੂੰਗਾ? ਚੱਲ ਚੱਲ। ਓਏ ਚੁੱਪ ਚੁੱਪ ਚੁੱਪ, ਤੁਹਾਡਾ ਕਸੂਰ ਨਹੀਂ,
ਸਾਰਾ ਕਸੂਰ ਕਹਾਣੀਕਾਰਾਂ ਦਾ, ਕਿੱਸੇਕਾਰਾਂ ਦਾ, ਜਿਨ੍ਹਾਂ ਨੇ ਵਧਾ ਚੜਾ ਕੇ ਤੁਹਾਡੇ ਬਾਰੇ ਲਿਖਿਆ। ਆਹੋ, ਮੈਂ ਤੇ ਖਾਨਦਾਨ ਦੀ ਤੀ ਮਿੱਟੀ ਚ ਰੋਲਤੀ ਆ ਨਾ। ਓਏ ਤੂੰ ਵਿੱਚ ਵਾਰੀ ਵਾਰੀ ਖਾਨਦਾਨ ਨੂੰ ਨਾ ਘਸੋੜਿਆ ਕਰ, ਮੈਂ ਜਾਣਦਾ ਜੀ ਇਹਨਾਂ ਦੇ ਖਾਨਦਾਨ ਬਾਰੇ। ਜਿੱਦੇ ਮੀਂਹ ਪੈਂਦਾ ਸੀ ਨਾ ਹੈ ਤਾਂ ਛੱਤ ਚੋਣ ਲੱਗ ਜਾਂਦੀ ਸੀ, ਸਾਰਾ ਟੱਬਰ ਨਾ ਮੰਜੀਆਂ ਤੇ ਛੱਤਰੀਆਂ ਲਈ ਬੈਠਾ ਹੁੰਦਾ ਸੀ ਜੀ। ਓਏ ਮੈਂ ਜਿਹਨੂੰ ਸਵਾਲ ਪੁੱਛਣਾ ਉਹ ਜਵਾਬ ਦੇਵੋ। ਅੱਛਾ ਤੂੰ ਕਦੇ ਮਾਂ ਬਾਪ ਨਾਲ ਵਿਆਹ ਦੀ ਗੱਲ ਕਰੀ? ਮੇਰਾ ਦਿਮਾਗ ਖਰਾਬ ਜੀ, ਜਿਹੜੀ ਮੌਤ ਗੱਲ ਪਾਉ ਵਿਆਹ ਕਰਾ ਕੇ। ਅੱਛਾ ਤੁਸੀਂ ਭੈਣ ਜੀ ਕਦੇ ਆਪਦੇ ਮਾਂ ਬਾਪ ਨਾਲ ਗੱਲ ਕਰੀ? ਮੈਂ ਵਕੀਲਾ ਕੱਲੂ ਹੱਥ ਮਾਰ, ਮੈਂ 2% ਦੇ ਨਮਕ ਨਾਲ ਵਿਆਹ ਕਰਾਂਗੀ। ਅਮਲੀ, ਮੇਰਾ ਬਾਪ ਤੇ ਭੋਲਾ ਸੀ ਪਰ ਮੇਰਾ ਚਾਚਾ ਬੜਾ ਸ਼ੈਤਾਨ ਸੀ, ਮੈਂ ਇੱਥੋਂ ਬੜੀ ਨਫ਼ਰਤ ਕਰਦਾ ਸੀ, ਤਾਂ ਹੀ ਉਹਨਾਂ ਨੇ 20 ਵਾਰੀ ਕੁੱਟੀ ਸੀ। ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਇਹਨੇ ਕੋਈ ਵਿਰੋਧ ਕਰਿਆ? ਇਹ ਕੌਣ ਹੁੰਦਾ ਵਿਰੋਧ ਕਰਨ ਵਾਲਾ 2% ਦਾ ਆਦਮੀ? ਮੈਂ ਤਾਂ ਖਾਨਦਾਨ ਦੀ ਧੀ ਆ, ਆਪਣੇ ਮਾਂ ਪਿਓ ਦੀ ਮਰਜ਼ੀ ਨਾਲ ਵਿਆਹ ਕਰਾਇਆ। ਇਹ ਤਾਂ ਨਾ 3 ਚ ਤੇ ਨਾ 13 ਚ ਵੇਖ ਲਓ ਖਾਨਦਾਨੀ ਬੰਦੇ, ਮੱਝਾਂ ਵੇਚ ਕੇ ਵਿਆਹ ਕੀਤਾ ਸੀ ਜੀ ਇਹਨਾਂ ਨੇ। ਉਹ ਚੱਲ ਜੋ ਹੋ ਗਿਆ ਜੋ ਹੋਣਾ ਸੀ ਹੋ ਗਿਆ, ਵਿਆਹ ਹੋ ਗਿਆ, ਪਰ ਤੂੰ ਮੈਨੂੰ ਐਂ ਦੱਸ ਇਹਦੇ ਵਿਯੋਗ ਦੇ ਵਿੱਚ ਸਾਧ ਕਿਉਂ ਹੋਇਆ? ਵਿਯੋਗ ਜਨਾਬ, ਮੈਂ ਤਾਂ ਸ਼ੁਕਰ ਮਨਾਇਆ ਜਨਾਬ, DJ ਲਵਾਇਆ 1500 ਰੁਪਇਆ ਦੇ ਕੇ, ਮੈਂ ਤਾਂ ਉਹ ਗਾਣਾ ਲਾ ਕੇ ਇੰਨਾ ਨੱਚਿਆ ਜੀ ਇੰਨਾ ਨੱਚਿਆ, ਗੱਲਾਂ ਹੀ ਛੱਡ ਦਿਓ। ਉਹ ਕਿਹੜਾ ਗਾਣਾ ਸੀ? ਹਾਂ, ਤੇਰੀ ਕੱਲੀ ਕੱਲੀ ਯਾਦ ਨੂੰ ਡਿਲੀਟ ਮਾਰਿਆ ਨੀ ਤੇਰਾ ਸਾਰਾ ਗੁੱਸਾ, 5 ਤਾਰਾ ਹੋਟਲ ਉੱਤੇ ਬਹਿ ਕੇ ਤਾਰਿਆ ਨੀ ਤੇਰਾ ਸਾਰਾ ਗੁੱਸਾ। ਨਾਲੇ ਗੱਲ ਸੁਣੀ, ਜੇ ਏਡੇ ਖਾਨਦਾਨੀ ਸੀ ਤਾਂ ਕਿਸੇ ਖਾਨਦਾਨ 'ਚ ਜਾ ਕੇ ਵਿਆਹ ਕਰਾਉਂਦੀ ਗਾ, ਕਾਹਤੋਂ ਜਾਵੜੀ ਸੀ ਕਾਣੇ ਸਜਦੇ ਕੋਲੇ? ਮੈਂ ਜੋ ਸਵਾਲ ਪੁੱਛਣਾ ਉਹਦਾ ਜਵਾਬ ਦੇ। ਜਦੋਂ ਇਹ ਵਿਆਹੀ ਵਰੀ ਗਈ ਆਪਦੇ ਸਹੁਰੇ ਘਰ ਚਲੀ ਗਈ, ਨਾ ਤੂੰ ਉੱਥੇ ਕੀ ਮਰੂਦ ਰਹਿਣ ਗਿਆ ਤੂੰ? ਜਨਾਬ, ਮੇਰੇ ਉਸਤਾਦ ਨੇ ਮੈਨੂੰ ਕਿਹਾ ਵੀ ਜਾ ਕੇ ਨਾ ਸਜਦੇ ਕੋਲ ਭੁੱਕੀ ਫੜ ਕੇ ਲੈ ਗਿਆ। ਜਨਾਬ, ਮੈਂ ਜਦੋਂ ਭੁੱਕੀ ਲੈਣ ਗਿਆ ਮੈਨੂੰ ਫੇਰ ਜਾ ਕੇ ਪਤਾ ਲੱਗਿਆ ਕਿ ਸਜਦਿਆਂ ਦਾ ਘਰ ਵਾਲਾ। ਮੈਂ ਦੱਸਦੀ ਹਾਂ, ਮੇਰੀ ਰਹਿੰਦੀ ਖੁੰਦੀ ਮਿੱਟੀ ਪਲੀਤ ਕਰਨ ਆਇਆ ਸੀ, ਇਹਦੀ ਵਜ੍ਹਾ ਨਾਲ ਸਜਦੇ ਨੇ ਮੈਨੂੰ ਬੜਾ ਹੀ ਕੁੱਟਿਆ, ਕਹਿੰਦਾ ਤੇਰਾ ਆਸ਼ਕ ਤੇਰੇ ਮਗਰ ਕਰਨ ਕੀ ਆਇਆ। ਜਨਾਬ, ਤੁਹਾਨੂੰ ਅੰਦਰ ਦੀ ਗੱਲ ਮੈਂ ਦੱਸਦਾ, ਪੰਗਾ ਕੀ ਸੀ? ਜਦੋਂ ਮੈਨੂੰ ਉਹਦੇ ਪਿੰਡ ਜਾ ਕੇ ਪਤਾ ਕੀਤਾ ਨਾ, ਸਜਦੀ ਦੀ ਇਹਦੇ ਨਾਲ ਬਣਦੀ ਕੋਈ ਨਹੀਂ ਸੀ, ਸਜਦਾ ਤਾਂ ਇਹਨੂੰ ਨਿੱਤ ਖੜਦਾ ਸੀ, ਇਹਨੂੰ ਡੱਕਾ ਕੰਮ ਨਹੀਂ ਸੀ ਕਰਨਾ ਆਉਂਦਾ, ਸਜਦਾ ਨਿੱਤ ਖੜਕੈਂਤੀ ਕਰਦਾ ਸੀ ਜੀ ਇਹਦੇ। ਅੱਛਾ ਮੈਨੂੰ ਰਾਂਝਾ ਇਹ ਦੱਸ, ਇਹਦੇ ਸਹੁਰੇ ਘਰ ਫਿਰ ਤੇਰੀ ਮੁਲਾਕਾਤ ਹੋਈ? ਬਿਲਕੁਲ ਹੋਈ ਜੀ, ਇਹ ਮੇਰੇ ਕੋਲੇ ਆਉਂਦੀ ਹੁੰਦੀ ਸੀ ਡੇਰੇ, ਮੈਂ ਉਦੋਂ ਭਗਤੀ 'ਚ ਲੀਨ ਹੁੰਦਾ ਸੀ। ਪਤਾ ਮੈਨੂੰ ਜਿਹੜੀ ਤੂੰ ਭਗਤੀ 'ਚ ਲੀਨ ਹੁੰਦਾ ਸੀ, ਹੈ ਟੀਵੀਆਂ ਵਾਲੇ ਬੜਾ ਕਸੂਤਾ ਝਾਕਦਾ ਸੀ, ਇੱਕ ਵਾਰੀ ਤੇ ਲਾਮਾ ਵੀ ਆਇਆ ਇਹਦਾ, ਇਹਨੇ ਬਾਹਮਣਾਂ ਦੀ ਸੱਤਿਆ ਕੀ ਬਾਹ ਫੜ ਲਈ ਸੀ। ਉਹ ਤਾਂ ਉਹਦੀ ਨਬਜ਼ ਚੈੱਕ ਕਰਦਾ ਸੀ, ਪਿੰਡ ਵਾਲੇ ਉਹੀ ਗੱਲ ਡਾਤੀ। ਵੱਡਾ ਡਾਕਟਰ ਜੀ, ਬੜੀ ਯਾਰ ਕੁੱਟ ਪਈ ਹੈ ਇਹਨੂੰ, ਇੱਕ ਵਾਰ ਤੇ ਇਹਦੇ ਗੁਰੂ ਨੇ ਵੀ ਕੁੱਟਿਆ। ਨਾ ਨਾ, ਤੂੰ ਤਾਂ ਇੰਨੀ ਭੈੜੀ ਸੀ, ਆਪਦੀ ਨਨਾਣ ਸਹਿਤੀ ਵਿਗਾੜਦੀ ਸੀ ਤੂੰ ਤਾਂ। ਉਹ ਤਾਂ ਪਹਿਲਾਂ ਹੀ ਵਿਗੜੀ ਹੋਈ ਸੀ। ਆਹੋ ਵਿਗੜੀ ਸੀ, ਨਾਲੇ ਹੋਰ ਕੁਛ। ਜਨਾਬ, ਇਹਨੇ ਜਾਣ ਕੇ ਸਹਿਤੇ ਤੋਂ ਬਦਲਾ ਲੈਣ ਕਰਕੇ ਸਹਿਤੀ ਨੂੰ ਮਿਲਾਉਣ ਲਈ ਚੋਰੀ ਚੋਰੀ ਮੁਰਾਦ ਕੋਲ ਲੈ ਜਾਂਦੀ ਸੀ। ਮੈਂ ਕਿਹਾ ਨਾ ਉਹ ਪਹਿਲਾਂ ਵਿਗੜੀ ਹੋਈ ਸੀ, ਉਹ ਤੇ ਪਹਿਲਾਂ ਵੀ ਕਿਸੇ ਮੁੰਡੇ ਨਾਲ ਭੱਜ ਗਈ ਸੀ, ਮਾਂ ਪਿਓ ਦੇ ਲਾੜ ਪਿਆਰ ਨੇ ਵਿਗਾੜਿਆ ਸੀ ਉਹਨੂੰ। ਮੈਂ ਤੇ ਬਥੇਰਾ ਸਮਝਾਇਆ, ਅੰਤਰਾ ਮੁਰਾਦ ਵੀ ਕੀ ਉਹਨੂੰ ਆਂਦੇ ਲੋਫਰ ਸੀ। ਅੱਛਾ, ਸਹਿਤੀ ਵਿਗੜੀ ਹੋਈ ਸੀ ਤੇ ਮੁਰਾਦ ਲੋਫਰ ਸੀ। ਹਾਂਜੀ, ਦਰਸ਼ਕੋ ਪੁਆਇੰਟ ਨੋਟ ਕੀਤਾ ਜਾਵੇ, ਸਹਿਤੀ ਵਿਗੜੀ ਹੋਈ ਕੁੜੀ ਸੀ ਤੇ ਮੁਰਾਦ ਇੱਕ ਲੋਫਰ ਸੀ। ਅੱਛਾ ਰਾਂਝਾ ਜੀ, ਮੈਨੂੰ ਇਹ ਦੱਸੋ ਤੁਸੀਂ ਹੀਰ ਦੇ ਪਿੰਡ ਕਿੰਨਾ ਚਿਰ ਰਹੇ, ਕੀ ਦੁਬਾਰਾ ਤੁਹਾਡੀ ਮੁਲਾਕਾਤ ਹੋਈ? ਹਾਂਜੀ ਬਿਲਕੁਲ, ਇਹ ਮੇਰੇ ਕੋਲ ਡੇਰੇ ਤੇ ਆਉਂਦੀ ਹੁੰਦੀ ਸੀ, ਮੈਂ ਇਹਨੂੰ 20 ਵਾਰੀ ਸਮਝਾਇਆ ਵੀ ਤੂੰ ਜਿੱਦੇ ਡੇਰੇ ਤੇ ਆਉਂਦੀ ਆ ਉਦੇ ਹੀ ਮੇਰਾ ਮੈਨੂੰ ਗੁਰੂ ਢਾ ਲੈਂਦਾ, ਪਰ ਇਹ ਹਟ ਗਈ। ਅੱਛਾ ਮੈਨੂੰ ਇਹ ਦੱਸੋ ਭੈਣ ਜੀ, ਤੁਸੀਂ ਡੇਰੇ 'ਚ ਆ ਬੰਦੇ ਕੋਲੇ ਇਹਦੇ ਕੋਲੇ ਕੀ ਕਰਨ ਜਾਂਦੇ ਸੀ? ਉਹ 12 ਸਾਲ ਇਕੱਠੇ ਰਹੇ ਆ ਨਾ, ਮਾੜੀ ਮੋਟੀ ਅਟੈਚਮੈਂਟ ਹੋ ਹੀ ਜਾਂਦੀ ਆ। ਓਏ ਅਟੈਚਮੈਂਟ ਹੁੰਦੀ ਹੈ? ਉਹ ਜੋ ਵੀ ਹੁੰਦਾ ਹੋ ਤੇ ਜਾਂਦੀ ਆ ਨਾ। ਦਰਸ਼ਕੋ ਪੁਆਇੰਟ ਨੋਟ ਕਰਿਆ ਜਾਵੇ, ਹੀਰ ਦਾ ਵਾਰ-ਵਾਰ ਡੇਰੇ 'ਚ ਜਾਣਾ
ਇਹ ਮੁਹੱਬਤ ਹੀ ਤਾਂ ਹੈ। ਓ ਵਕੀਲਾ, ਉਹ ਕਿਹੜੀ ਮੁਹੱਬਤ? ਉਹ ਕੋਈ ਮੁਹੱਬਤ ਮੁਹੱਬਤ ਨਹੀਂ ਸੀ। ਇੱਕ ਦਿਨ ਮੈਨੂੰ ਆ ਕੇ ਕਹਿੰਦੀ ਅਖੇ ਮੇਰੇ ਨਾਲ ਵਿਆਹ ਕਰਾਲਾ, ਅਖੇ ਮੈਨੂੰ ਸਜਦਾ ਪਸੰਦ ਨਹੀਂ। ਵੇ ਕੰਜਰਾ, ਆ ਤੇਰੇ ਕਰਕੇ ਬਿਨਾ ਪਿਆਰ ਤੋਂ ਹੀ ਮੈਂ ਬਦਨਾਮ ਹੋਈ ਆ। ਹੁਣ ਮੈਂ ਸੋਚਿਆ ਵੀ ਚਲੋ ਆ ਬਦਨਾਮੀ ਨੂੰ ਮਿਟਾਉਣ ਲਈ ਆ ਕੌੜਾ ਜ਼ਹਿਰ ਵੀ ਪੀ ਲੈਨੇ ਆ। ਪਹਿਲਾਂ ਮੈਨੂੰ ਐਂ ਦੱਸ ਭੈਣ ਮੇਰੀ, ਇਹ ਸਿੱਧੇ ਕੰਜਰ ਚ ਕਾਹਦੀ ਘਰ ਸੀ? ਵੇ ਥੋੜੀਆਂ ਘਾਟਾ ਸੀ, ਕੋਠੇ ਤੇ ਜਾਂਦਾ ਸੀ, ਅਮਲੀ ਸੀ, ਵੇ ਸ਼ਰਾਬ ਪੀਂਦਾ ਸੀ। ਹੋਰ ਸੁਣ ਲਾ, ਮਰ ਜਾਣੇ ਨੇ ਮੈਨੂੰ ਕਦੇ ਪਿਆਰ ਦੀ ਨਿਗਾਹ ਨਾਲ ਨਹੀਂ ਧੱਕਿਆ। ਅੱਛਾ ਮੈਨੂੰ ਇਹ ਦੱਸੋ ਵੀਰ ਜੀ, ਭੈਣ ਜੀ, ਤੁਸੀਂ ਵਿਆਹ ਲਈ ਫਿਰ ਰਾਜੀ ਹੋ ਗਏ? ਬਾਈ ਰਾਜੀ ਕਾਹਦੇ ਹੋ ਗਏ ਯਾਰ, ਉਧਰੋਂ ਗੁਰੂ ਜੀ ਕਹਿੰਦੇ ਅਖੇ ਕੁੜੀ ਦੀ ਜੈਦ ਹੈ, ਵਿਆਹ ਤਾਂ ਕਰਾਉਣਾ ਹੀ ਪੈਣਾ। ਫਿਰ ਕੌੜਾ ਘੁੱਟ ਮੈਂ ਵੀ ਭਰ ਲਿਆ, ਉਤੋਂ ਕੰਜਰ ਸਜਦਾ ਉਹ ਇਹਨੂੰ ਛੱਡਣ ਨੂੰ ਤਿਆਰ ਹੀ ਬੈਠਾ ਸੀ। ਅੱਛਾ ਤੁਹਾਡੇ ਮਾਂ ਬਾਪ ਮੰਨ ਗਏ? ਹਾਂਜੀ ਮੰਨ ਗਏ ਸੀ, ਜਾਂ ਇਹ ਕਹਿ ਲਓ ਵੀ ਧੀ ਦੀ ਖੁਸ਼ੀ ਲਈ ਝੁੱਕ ਗਏ ਸੀ। ਆ ਮੇਰਾ ਪਰ ਚਾਚਾ ਜਿਹੜਾ ਨਾ ਉਹ ਨਹੀਂ ਸੀ ਝੁਕਿਆ, ਔਂਤਰੇ ਨੇ ਮੈਨੂੰ ਡੋਲੀ 'ਚ ਬੈਠਣ ਲੱਗੀ ਨੂੰ ਜ਼ਹਿਰ ਦੇ ਤਾ, ਪਰ ਚਲੋ ਉਹ ਵੀ ਆਪਣੀ ਥਾਂ 'ਤੇ ਠੀਕ ਹੀ ਸੀ। ਹੀਰ ਰਾਂਝੇ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਨਾ ਕਦੇ ਖਤਮ ਹੋਣੀ ਹੈ। ਆਓ ਉਸ ਕਟਹਿਰੇ 'ਚ ਆਓ, ਅੱਜ ਤੁਹਾਨੂੰ ਦੋਵਾਂ ਨੂੰ ਅਸੀਂ ਜ਼ਰੂਰ ਮਿਲਾਵਾਂਗੇ, ਕਿਉਂਕਿ ਸੱਚ ਦੀ ਅਦਾਲਤ ਹੈ। ਆਓ ਰਾਂਝਾ ਜੀ, ਇਹ ਸੱਚ ਦੀ ਅਦਾਲਤ ਦਾ ਕਟਹਿਰਾ ਹੈ, ਇੱਥੇ ਆ ਕੇ ਬੰਦਾ ਸੱਚ ਬੋਲਦਾ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਹੋ, ਇਸ਼ਕ ਕਰਦੇ ਹੋ? ਹਾਂ, ਇਹ ਗੁਨਾਹ ਅਸੀਂ ਕੀਤਾ, ਪਰ ਅਸੀਂ ਚਾਹੁੰਦੇ ਕੋਈ ਹੋਰ ਇਹ ਗੁਨਾਹ ਨਾ ਕਰੇ। ਇਸ਼ਕ ਦਾ ਰਾਹ ਸਿੱਧਾ ਬਰਬਾਦੀ ਵੱਲ ਜਾਂਦਾ। ਇਸ਼ਕ ਕਿਸੇ ਦੀ ਭਲੀ ਨਹੀਂ ਕਰਦਾ, ਮਾਂ ਬਾਪ ਦੀ ਇੱਜ਼ਤ ਮਿੱਟੀ 'ਚ ਰੋਲ ਦਿੰਦਾ ਇਸ਼ਕ। ਇਸ਼ਕ ਕਿਸੇ ਦੇ ਪੱਲੇ ਕੁਝ ਨਹੀਂ ਛੱਡਦਾ। ਇਸ਼ਕ ਮੌਤ ਦਾ ਦੂਜਾ ਨਾਮ ਹੈ, ਘਰਾਂ ਦੇ ਘਰ ਉਜਾੜ ਦਿੰਦਾ ਇਸ਼ਕ। ਇਸ਼ਕ ਆਪ ਵੀ ਅਵੱਲਾ, ਇਹਦੇ ਕੰਮ ਵੀ ਅਵੱਲੇ, ਜਿਹਦੇ ਪੇਸ਼ ਪੈ ਜਾਂਦਾ ਕੱਖ ਛੱਡਦਾ ਨਹੀਂ ਪੱਲੇ। ਸਦੀਆਂ ਤੋਂ ਕਿਸੇ ਨੇ ਵੀ ਆਪਣੀ ਧੀ ਦਾ ਨਾਮ ਹੀਰ ਨਹੀਂ ਰੱਖਿਆ। ਕੋਈ ਬਾਪ ਨਹੀਂ ਚਾਹੁੰਦਾ ਕਿ ਉਹਦੀ ਧੀ ਹੀਰ ਬਣੇ। ਇਸ ਰਾਹ 'ਤੇ ਚੱਲਣ ਵਾਲੀਆਂ ਕੁੜੀਆਂ ਨੂੰ ਮੈਂ ਇਹੋ ਕਹੂੰਗੀ ਕਿ ਮਾਂ ਬਾਪ ਦੀ ਇੱਜ਼ਤ ਤੋਂ ਵੱਡਾ ਕੁਛ ਨਹੀਂ। ਸਹੀ ਕਹਿੰਦੇ ਨੇ ਹੀਰ ਤੇ ਰਾਂਝਾ, ਇਸ਼ਕ ਬਰਬਾਦੀ ਦਾ ਦੂਜਾ ਨਾਂ ਹੈ, ਭਲੇ ਕਰਦੀਆਂ ਕੁੜੀਆਂ ਨੂੰ ਇਹ ਸ਼ੋਭਾ ਨਹੀਂ ਦਿੰਦਾ। ਆਪਣੇ ਮਾਂ ਬਾਪ ਦੀ ਇੱਜ਼ਤ ਤੋਂ ਵੱਡਾ ਹੋਰ ਕੁਛ ਵੀ ਨਹੀਂ ਹੈ। ਸੋ ਦਰਸ਼ਕੋ, ਲਿਖੋ ਫੈਸਲਾ, ਤੁਹਾਡੇ ਫੈਸਲੇ ਦੀ ਉਡੀਕ ਕਰਾਂਗੇ। ਸਾਡਾ ਈਮੇਲ ਪਤਾ ਹੈ SDA@channelpunjabi.ca। ਦੂਸਰੀ ਈਮੇਲ ਹੈ SDA@globalpunjabtv.com। ਮਿਲਦੇ ਹਾਂ ਅਗਲੇ ਹਫ਼ਤੇ ਕਿਸੇ ਹੋਰ ਮੁਜਰਮ ਦੇ ਨਾਲ। ਤਦ ਤੱਕ ਆਪਣੇ ਗੁਰਚੇਤ ਚਿੱਤਰਕਾਰ ਨੂੰ ਦਿਓ ਇਜਾਜ਼ਤ। ਰੱਬ ਰਾਖਾ। ਮੋਹ ਮਾਇਆ ਇਨਸਾਨ ਦਾ ਸਰੀਰ ਖਰਾਬ ਕਰ ਦਿੰਦੀ ਹੈ, ਪਰ ਜਿਹੜੇ ਸਾਡੇ ਆਸ਼ਰਮਾਂ ਦੇ ਖਰਚੇ ਹੀ ਬਹੁਤ ਨੇ। ਆਸ਼ਰਮ ਦਾ ਖਰਚਾ, ਸਤਸੰਗ ਦਾ ਖਰਚਾ, ਲੰਗਰ ਲਾਉਣ ਦਾ ਖਰਚਾ, ਉੱਥੇ ਸੰਗਤਾਂ ਨੂੰ ਲੰਮੇ ਪਾਉਣ ਦਾ ਖਰਚਾ, ਮਤਲਬ ਰਾਤ ਨੂੰ ਰੈਸਟ ਕਰਾਉਣ ਦਾ ਖਰਚਾ, ਔਰ ਕੁੜੀਆਂ ਦੇ ਖਰਚੇ ਵੀ ਬਹੁਤ ਨੇ। ਕਿੱਦਾਂ? ਕੁੜੀਆਂ ਦੇ ਕਾਲਜ ਬਣਾਏ ਹੋਏ ਨੇ ਅਸੀਂ, ਡਰਟੀ ਮਾਇੰਡ, ਤਾਂ ਹੀ ਤਾਂ ਫੜਿਆ ਗਿਆ। ਹੈਂ?